देश वास्ते जान चली गई, 60% बजट देश का डिफेंस वास्ते जाता है, तो उन्हां कोल एक एम्बूलेंस ते चार सलूट नहीं मारे गए? शहीदी च भी रैंक बनाते इन्होंने कि आ इस रैंक की शहीदी वड्डी है, इस रैंक की शहीदी छोटी है। जान तो जान है। जिस वेले अग्निवीर इंट्रोड्यूस कर रहे थे, असीं इन्हां नूं कहा सीगा तुसीं गलत कर रहे हो, तुसीं 4 साल वास्ते रखने ने, 6 महीने ट्रेनिंग है, 3.5 साल रखने ने। 6 महीने तुसी फौज पद्धत की ट्रेनिंग किवें दे दोगे? पटवारियों की ट्रेनिंग 1.5 साल सीगी, होर महकमे दी जिहड़ियां ने साल साल ट्रेनिंग चलती रहिंदी है। फौज की ट्रेनिंग तो उतों भी बहुत ज़्यादा सख्त हुंदी है। 6 महीने ट्रेनिंग दे के 3.5 साल बाद उहनूं कहणगे जा 22-23 साल का ना रिटायरां च, ना मौजूदा च, ना कोई पेंशन। आ तो हुण हद ही करती कि दुनिया तो गए नूं सलूट भी नहीं मारिया। सो ये अपमान है शहीदां दी शहीदी दा। पर पंजाब सरकार वल्लों ये पॉलिसी है, जे फर्ज करो साडे जवान कारगिल दियां पहाड़ियां च गश्त करदे फिरदे ने, बर्फ दियां टिगां डिग पईआं, 10 उहदे विच जवान सी चलो दब गए, 7 जिहड़े ने ਉਹ ਜਾਨ ਗਵਾ ਬੈਠੇ, ਬਾਕੀ 3 ਬਚ ਗਏ, ਉਹ 7 ਨੂੰ ਵੀ ਅਸੀਂ ਸ਼ਹੀਦ ਮੰਨਾਂਗੇ। ਉਹ ਉੱਥੇ ਪਿਕਨਿਕ ਲਈ ਥੋੜੀ ਗਏ ਸੀ, ਉਹਨਾਂ ਦੀ ਡਿਊਟੀ ਲੱਗੀ ਹੋਈ ਸੀ ਦੇਸ਼ ਵਾਸਤੇ। ਉਹ ਬਰਫ਼ ਦੇ ਉੱਤੇ -20 ਡਿਗਰੀ ਟੈਂਪਰੇਚਰ 'ਚ, -30 ਡਿਗਰੀ ਟੈਂਪਰੇਚਰ ਦੇ ਵਿੱਚ ਉਹ ਗਸ਼ਤ ਕਰ ਰਹੀ ਸੀ। ਸੋ ਇਹ ਫੌਜ ਨੂੰ ਵੀ ਇਹਦੇ ਬਾਰੇ ਸੋਚਣਾ ਚਾਹੀਦਾ। ਅਗਨੀਵੀਰ ਜਿਹੜੀ ਇਹਨਾਂ ਨੇ ਨੀਤੀ ਅਪਣਾਈ ਹੈ, ਇਹ ਗਲਤ ਹੈ। ਪਰਿਵਾਰ ਜਿਹੜਾ ਉਹ ਬਹੁਤ ਗੁੱਸੇ 'ਚ ਹੈ, ਆਹਤ ਹੈ, ਉਹਨਾਂ ਦੇ ਦਿਲ 'ਚ ਗੁੱਸਾ ਹੈ ਕਿ ਸਾਡੇ ਬੱਚੇ ਨੂੰ ਆਰਮੀ ਨੇ ਮਾਨ ਸਨਮਾਨ ਵੀ ਨਹੀਂ ਦਿੱਤਾ ਜਿਹੜਾ ਸ਼ਹੀਦੀ 'ਤੇ ਦਿੱਤਾ ਜਾਂਦਾ। ਉਹਨਾਂ ਦੇ ਪਿਤਾ ਜੀ ਨੇ ਕਿਹਾ ਮੈਨੂੰ ਤਾਂ ਪਤਾ ਵੀ ਨਹੀਂ ਇਹ ਅਗਨੀਵੀਰ ਕੀ ਹੁੰਦੀ ਹੈ, ਮੈਂ ਤਾਂ ਫੌਜ 'ਚ ਭਰਤੀ ਕੀਤਾ ਸੀ, ਮੇਰੇ ਵੱਲੋਂ ਤਾਂ ਫੌਜ 'ਚ ਗਿਆ ਅਤੇ ਫੌਜ ਨੇ ਉਹੀ ਵਰਦੀ ਦਿੱਤੀ ਹੈ, ਉਹੀ ਹਥਿਆਰ ਦਿੱਤੇ ਨੇ, ਅਤੇ ਸ਼ਹੀਦੀਆਂ ਦੇ ਵਿੱਚ ਫਰਕ ਪਾ ਲਿਆ। ਇਹ ਜਿਹੜੇ ਨੀਤੀ ਘਾੜੇ ਉੱਥੇ ਬੈਠੇ ਨੇ, ਇਹਨਾਂ ਨੂੰ ਕੀ ਪਤਾ ਸ਼ਹੀਦੀਆਂ ਦਾ? ਕੋਈ ਇਹਨਾਂ ਦੇ ਆਪਣੇ ਗਏ ਹੋਣ ਕਿਤੇ ਫੌਜ 'ਚ ਤਾਂ ਪਤਾ ਲੱਗੇ। ਬਹੁਤ ਦੁੱਖ ਦੀ ਗੱਲ ਹੈ। ਮੈਂ ਡਿਫੈਂਸ ਮਿਨਿਸਟਰੀ ਕੋਲ, ਮੈਂ ਹੋਮ ਮਿਨਿਸਟਰੀ ਕੋਲ ਗੱਲ ਉਠਾਊਂਗਾ, ਆਪ ਵੀ ਜਾਊਂਗਾ, ਕਿਉਂਕਿ ਇਹ ਅਗਨੀਵੀਰ ਦੀ ਪਹਿਲੀ ਕੈਜੁਅਲਟੀ ਹੈ, ਜਿਹਨਾਂ ਦੀ ਅਗਨੀਵੀਰ ਸ਼ੁਰੂ ਕੀਤੀ ਹੈ, ਪਹਿਲੀ ਮੌਤ ਹੈ। ਹੁਣ ਪਤਾ ਲੱਗਿਆ ਕਿ ਇਹ ਸਮਝਦੇ ਕੀ ਨੇ ਸਾਡੀਆਂ ਜਾਨਾਂ ਨੂੰ। ਕੱਚੇ ਅਧਿਆਪਕ ਸੁਣੇ ਸੀ, ਠੇਕੇ ਤੇ ਮੁਲਾਜ਼ਮ ਸੁਣੇ ਸੀ, ਕੱਚੇ ਫੌਜੀ, ਠੇਕੇ ਤੇ ਫੌਜੀ। ਜਦੋਂ ਅਸੀਂ ਪੂਰੀ ਸਰਵਿਸ ਕਰਨ ਦੇਣ ਨੂੰ, ਆਪਣੇ ਪੁੱਤ ਦੇਣ ਨੂੰ ਤਿਆਰ ਹਾਂ, ਤੁਸੀਂ ਕਿਉਂ ਕਹਿੰਦੇ ਹੋ ਵੀ 4 ਸਾਲਾਂ ਬਾਅਦ ਵਿਹਲੇ ਕਰਾਂਗੇ ਤੁਹਾਨੂੰ? ਡਿਫੈਂਸ ਕੋਲ 60% ਬਜਟ ਹੈ, ਅਤੇ ਦੇਸ਼ ਦੀਆਂ ਹੱਦਾਂ ਦੀ ਰਾਖੀ ਵਾਸਤੇ ਵੀ ਸਮਝੌਤੇ ਕਰਨ ਲੱਗ ਗਏ। ਸੋ ਇਹ ਪੰਜਾਬ ਸਰਕਾਰ ਵੱਲੋਂ ਅਸੀਂ ਉਹਨੂੰ ਸ਼ਹੀਦੀ ਦਾ ਦਰਜਾ ਦੇਵਾਂਗੇ, ਉਹਨਾਂ ਦੇ ਨਾਂ 'ਤੇ ਸਟੇਡੀਅਮ ਬਣਾਇਆ ਜਾਊਗਾ, ਪੰਚਾਇਤ ਵੱਲੋਂ ਮੰਗ ਹੈ, ਪਰਿਵਾਰ ਵੱਲੋਂ ਮੰਗ ਹੈ, ਬੁੱਤ ਵੀ ਲਾਇਆ ਜਾਊਗਾ ਪਰਿਵਾਰ ਦੇ ਵਿੱਚ, ਜਿੱਥੇ ਕਹਿਣਗੇ ਨੌਕਰੀ ਵੀ ਦਿੱਤੀ ਜਾਊਗੀ ਸਰਕਾਰ ਵੱਲੋਂ। ਪੰਜਾਬ ਵੱਲੋਂ, ਪੂਰੇ ਪੰਜਾਬ ਵੱਲੋਂ ਅਸੀਂ ਉਹਨੂੰ ਸ਼ਹੀਦ ਦਾ ਦਰਜਾ ਦੇਵਾਂਗੇ, ਕਿਉਂਕਿ ਸਾਨੂੰ ਜਿਸ ਵੇਲੇ ਦੇਸ਼ ਦੀ ਰੱਖਿਆ ਕਰਕੇ ਹਿੱਕਾਂ ਡਾਹੀ ਬੈਠੇ ਨੇ, ਉਹ ਕਾਗਜ਼ ਨਹੀਂ ਦੇਖਦੇ ਉੱਥੇ ਕਿ ਮੇਰੇ ਕਿਹੜੇ ਕਾਗਜ਼ ਨੇ, ਮੈਂ ਗੋਲੀ ਚਲਾਵਾਂ ਜਾਂ ਗੋਲੀ ਨਾ ਚਲਾਵਾਂ, ਮੇਰੇ ਕਾਗਜ਼ ਘੱਟ ਨੇ, ਮੈਂ ਹੋਰ ਤਰ੍ਹਾਂ ਦੇ ਫੌਜੀਆਂ 'ਚ ਹਾਂ। ਸੋ ਇਹ ਰੈਂਕਿੰਗ ਜਿਹੜੀ ਹੈ, ਇਸ ਤਰ੍ਹਾਂ ਦਾ ਵਿਤਕਰਾ ਫੌਜ ਦੇ ਵਿੱਚ ਬਹੁਤ ਬਹੁਤ ਹੀ ਘਾਤਕ ਸਿੱਧ ਹੋਊਗਾ। ਅਗਨੀਵੀਰ ਅਸੀਂ ਸਰਕਾਰ ਤੋਂ ਵੀ ਮੰਗ ਕਰਾਂਗੇ, ਸੈਂਟਰ ਸਰਕਾਰ ਤੋਂ, ਕਿ ਅਗਨੀਵੀਰ ਨੂੰ ਰੈਗੂਲਰ ਕਰੋ, ਜਾਂ ਤਾਂ ਰੈਗੂਲਰ ਫੌਜ ਦੇ ਵਿੱਚ ਲਓ ਉਹਨਾਂ ਨੂੰ, ਸਾਰਿਆਂ ਨੂੰ ਜਿੰਨੇ ਵੀ ਅਗਨੀਵੀਰ 'ਚ ਭਰਤੀ ਕੀਤੇ, ਜਾਂ ਫਿਰ ਉਹਨਾਂ ਨੂੰ ਵਿਹਲੇ ਕਰ ਦਿਓ, ਘਰੇ ਭੇਜ ਦਿਓ, ਕੁਛ ਨਾ ਕੁਛ ਤਾਂ ਕਰ ਲੈਣਗੇ ਉਹ। ਨਾ ਤਾਂ ਤੁਸੀਂ ਉਹਨਾਂ ਨੂੰ ਇੱਧਰ 'ਤੇ ਛੱਡਣਾ, ਨਾ ਉੱਧਰ 'ਤੇ ਛੱਡਣਾ।
तो हुण पता लग्या ना सानू तां कि सानू तां सलूट भी नहीं हैगे जी। फौज पर ट्रेनिंग हो गई है जी, जिहड़े मुंडा ट्रेनर है वह भी मिले मैनू, वह कहिंदा जी इस वक्त मैनू कहिंदा दुख होई जांदा, मैं क्यों ट्रेनिंग देती उहनू, जे मैं ना ट्रेनिंग दिंदा शायद इस परिवार च बैन ना पैंदे। हुण उहदे कोल ट्रेनिंग वास्ते कौन आऊगा? तो इस देखो मैं आप कह रहे कि उन्होंने समझते की ने, मतलब उन्होंने जान की कीमत की है? तुम जानते हुए चार सलूट भी नहीं मार सकते? फौज को कारतूस है नहीं कि सलामी दे देंगे? देखो ये वो तो भी बात, देखो जखमा से नमक पाने वाली गल है, वह सत्त भैन का जिम्मेवारी चक्की फिरता सी, ब्याह रखा हुआ सी, ब्याह ते आने तैयार सी। जिहड़ा बंदा फौज जाने का जिगरा रखता ना वह खुदकुशी नहीं करता, खुदकुशी का डरपोकों का काम हुंदा, पैरां का काम हुंदा। हुण हुण हुणे बहाने लाउंदी आ फौज, उन्हें खुदकुशी की है जी, उन्हें ऐ किया जी, उन्हें वो किया जी। सो यह मामला जिहड़ा है यह असीं सेंटर तक लैके जावांगे, ये होर मावां दे पुत्त ना रोलन। जिस तरह तुसीं कहा सवाल पुछिया कि जिहड़े होर अग्निवीर ने वह कहिंदे असीं तां वापस आवांगे, फिर सानूं जी साडा मुल ही है नहीं, इत्थे लाश सुट गए हस्पताल दे विच। मानसा पुलिस नूं मैं आर्डर किए थे कि आप गार्ड ऑफ ऑनर देना, आप सलामी देना, पुलिस ने सलामी दी है। चलो थोड़ी बहुत काल जी ठंड पैंदी है परिवार दे के, चलो किसी ने तो सानू मनिया नहीं, तो सिट के यार। सर आपने राजा सिंह से वक्त मांगा है मिलने के लिए या अभी मांगेंगे? मैं अभी 20-21 को हमारा सेशन है विधानसभा का, उसके बाद मैं सेंट्रल सरकार को मिलने के लिए जाऊंगा और ये बात रखूंगा। सीएम साहब जी साडे वालों तो शहीदी का दर्जा है ही है जी, साडे वालों तो सेम जो असी रेगुलर जिहड़े शहीद ने फौज दे उन्हां नूं फैसिलिटियां दिंदे आ, नौकरी उन्हां दे नामां ते स्कूल गेट सड़क का नाम स्टेडियम वह तो असी दे रहे हैं, साडे वालों तो कोई वितकरण संत पता है ना, आपां तो पिंडां वाले आ जी, अपने तो कोई पिंड है ही नहीं जिथे शहीद दे नां ते गेट ना बने हो जां किसी पिंड च कोई बुत ना हो, हर तीजे घर का मुंडा फौज च है। देखो जी गल ये है, ये की सबूत है? ये उदों कहन लगी है फौज जदों ये मामला उठ खड़िया, अदरवाइज किराए ते एंबूलेंस लैके छड़ गए सीगे। सो आर्मी दे अफसरां नूं भी चाहिए है, बहुत सैनिक भलाई बोर्ड बने हुए ने बड़े बड़े, कि तुसीं एफर्ट करो, तुसीं ये मामला उठाओ कि इस तरह जिहड़े साडे देश दे जवानां दा हौसला ना तुसीं तोड़ो, ते उह बहादुर जवान ने सब तो वधिया फौजां दे विच दुनिया दीआं फौजां दे विच अपनी देश की फौज मन्नी जांदी है, ते उधरों गोली आउंदी है -40 डिग्री टैंपरेचर च भी रोकदे ने, +50 डिग्री टैंपरेचर च भी जैसलमेर दे टिब्बियां च रोकदे ने, उहनां करके ही आपां सारे चैन की नींद सौंदे आ। मैं तां कहना चाहता अग्निवीर नूं रैगूलर करो,